ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਇੱਕ ਪਤੀ ਦੇ ਵੱਲੋਂ ਹੀ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ। ਅਜਿਹੇ ਇਲਜ਼ਾਮ ਇੱਕ ਪਤੀ ਦੇ ਉੱਪਰ ਲੱਗ ਰਹੇ ਨੇ ਕਿ ਉਸਨੇ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਘਰ ਦੇ ਵਿੱਚ ਇੱਕ ਔਰਤ ਦੀ ਭੇਤਭਰੇ ਹਾਲਾਤਾਂ 'ਚ ਲਾਸ਼ ਮਿਲੀ ਹੈ ਅਤੇ ਲਾਸ਼ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਹੋਏ ਨੇ ਅਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਇਹ ਕਤਲ ਉਸਦੇ ਪਤੀ ਦੇ ਵੱਲੋਂ ਹੀ ਕੀਤਾ ਗਿਆ। ਤਾਂ ਆਲੇ ਦੁਆਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੇ ਇੱਕ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਸੀ ਅਤੇ ਬੀਤੇ ਦਿਨਾਂ ਪਤੀ ਦੇ ਵੱਲੋਂ ਹੀ ਇਸ ਔਰਤ ਨੂੰ ਘਰ ਦੇ ਅੰਦਰ ਹੀ ਇੱਕ ਵਿਅਕਤੀ ਦੇ ਨਾਲ ਕਾਬੂ ਕੀਤਾ ਸੀ। ਹਾਲਾਂਕਿ ਮੌਕੇ ਤੋਂ ਉਹ ਵਿਅਕਤੀ ਪਤੀ ਨੂੰ ਦੇਖ ਕੇ ਫਰਾਰ ਹੋ ਗਿਆ ਸੀ, ਪਰ ਕਿਹਾ ਜਾ ਰਿਹਾ ਹੈ ਕਿ ਦੋਵੇਂ ਹੀ ਜਦੋਂ ਚੁੱਪ ਹੋ ਕੇ ਬੈਠ ਜਾਂਦੇ ਨੇ ਤਾਂ ਸਵੇਰੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਔਰਤ ਦਾ ਕਤਲ ਕਰ ਦਿੱਤਾ ਹੈ। ਤਾਂ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਪਤਨੀ ਦਾ ਕਤਲ ਕੀਤਾ ਗਿਆ। ਪਤੀ ਦੇ ਉੱਪਰ ਹੀ ਕਤਲ ਦੇ ਇਲਜ਼ਾਮ ਲੱਗੇ ਨੇ। ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਜੀ 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕਲੈਸ ਪੈਂਦਾ ਸੀ ਵੀ ਕੋਈ ਬੰਦਾ ਆਉਂਦਾ ਇਹਦੇ ਕੋਲ ਅਤੇ ਇੱਕ ਉਰਲੀਆਂ ਪਰਲੀਆਂ ਗੱਲਾਂ ਇਹ ਸੁਣਾਈ ਗਏ ਵੀ ਇੱਥੋਂ ਆਏ ਆ ਫਲਾਨਾ ਇਹਨਾਂ ਨੇ ਕਰ ਕਰਕੇ ਅਤੇ ਬਸ ਉਹਨਾਂ ਦੇ ਘਰ ਕਲੈਸ ਪੈਂਦਾ ਸੀ। ਰਾਤ ਇਹ ਸਬਜ਼ੀ ਸੁਬਜ਼ੀ ਲੈ ਕੇ ਆਈਆਂ ਨੇ ਕਿਤੇ ਦੋਨੇ ਜਾ ਕੇ ਰਾਤ ਸਬਜ਼ੀ ਥੋੜ੍ਹੀ ਲੈ ਕੇ ਦਵਾਈ ਲੈ ਕੇ ਆਈ ਹੈ ਇਹ ਪਤਾ ਨਹੀਂ ਸਬਜ਼ੀ ਲੈ ਕੇ ਦਵਾਈ ਲੈ ਕੇ ਆਏ ਨੇ। ਇਹਨਾਂ ਨੇ ਆ ਕੇ ਕਹਿੰਦੀ ਸੀ ਮੈਂ ਮੈਨੂੰ ਤੜਕੇ ਦਿਹਾੜੀ 'ਤੇ ਲੈ ਜੀ, ਮੇਰੀ ਭੈਣ ਕਹਿੰਦੀ ਮੈਂ ਠੀਕ ਹੈ ਮੈਂ ਲੈ ਜੂੰ ਅਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਵਿਹੋਸ਼ ਹੋਈ ਪਈ ਹੈ। ਇਹਨਾਂ ਨੇ ਐਂ ਨਹੀਂ ਦੱਸਿਆ ਵੀ ਉਹ ਹੋ ਗਿਆ ਵੀ ਮੁੱਕ ਗਈ, ਐਂ ਨਹੀਂ ਦੱਸਿਆ ਸਾਨੂੰ ਮੁੱਕੀ ਪਈ ਆ ਭਾਈ ਕਹਿੰਦੇ ਸਰ ਮੈਨੂੰ ਕਹਿੰਦੀ ਬੇਹੋਸ਼ ਪਈ ਆ, ਮੈਂ ਤਾਂ ਚਾਹ ਦੀ ਘੁੱਟ ਬਣਾਈ ਜਾਂਦੀ ਸੀ ਮੈਂ ਚਾਹ ਛੱਡ ਕੇ ਵੀ ਭੱਜੇ ਮਗਰੀ ਮੈਂ ਜਾ ਕੇ ਦੇਖਦਾ ਮੈਂ ਜਾ ਵੀ ਕਿਸ ਬੰਦੇ ਨੂੰ ਸਾਦੀ ਹੈ ਜੀ ਇੱਥੇ ਘਰੇ ਇਹਦੇ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪ ਹੋਇਆ ਕੁਛ ਜੀ ਬੰਦਾ ਆਇਆ ਸੀ ਪਰਸੋਂ ਖਣੀ ਚੌਥੇ ਉਹ ਆਇਆ ਬੰਦਾ ਇਹਦੇ ਬੰਦੇ ਨੇ ਸਾਨੂੰ ਉਠਾ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਬੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵਿਹੜੇ 'ਚ ਖੜਾ ਸੀ ਬੰਦਾ ਵਿਹੜੇ 'ਚ ਸੀਗਾ ਚਿੱਟੀ ਸ਼ਰਟ ਪਾਈ ਸੀ ਉਹਦੇ ਅਤੇ ਆਇਆ ਸੀ ਠੀਕ ਹੈ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰ 'ਚ ਵੀ ਡਾਂਗ ਮਾਰੀ ਹੈ ਅਤੇ ਬੰਦਾ ਇੱਧਰ ਨੂੰ ਭੱਜ ਲਿਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੁਛ ਨਹੀਂ ਹੋਇਆ ਇਹਨਾਂ ਕੁਛ ਵੀ ਨਹੀਂ ਹੋਇਆ ਸਾਨੂੰ ਤਾਂ ਪਤਾ ਤੜਕੇ ਲੱਗੇ ਜਦੋਂ ਮੈਂ ਉੱਠੀਆਂ ਚਾਹ ਧਰਨ ਲੱਗੀ ਉਦੋਂ ਕਿ ਇਹ ਕਾਲੇ ਨੇ ਮਾਰਤੀ ਸਾਨੂੰ ਮਰਦੇ ਨੇ ਉਦੋਂ ਮੈਂ ਤਾਂ ਕਿ ਬੇਹੋਸ਼ ਪਈ ਹੈ ਕਿਤੇ ਮੈਂ ਕਿਹਾ ਮੈਂ ਆਂਟੀ ਨੂੰ ਬੁਲਾਉਣ ਗਈ ਹਾਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਇਹਦੀ ਭੈਣ ਨੂੰ ਬੁਲਾ ਲਾ ਫਿਰ ਮੈਂ ਇਹਨਾਂ ਨੂੰ ਬੁਲਾ ਲਈ ਇਹ ਕਹਿੰਦੇ ਵੀ ਅਸੀਂ ਤਾਂ ਇੰਨੀ ਦੂਰ ਰਹਿੰਦੇ ਹਾਂ ਸਾਨੂੰ ਕਿਉਂ ਇਹਨਾਂ ਕੋਲ ਇਹ ਵੀ ਰਹਿੰਦੇ ਕਿਸੇ ਨੂੰ ਆਵਾਜ਼ ਤਾਂ ਸੁਣਦੀ ਹੈ ਕਿਸੇ ਨੂੰ ਆਵਾਜ਼ ਵੀ ਨਹੀਂ ਸੁਣੀ ਰਾਤ ਤਾਂ ਸਾਨੂੰ PCR ਤੋਂ ਤਲਾਹ ਆਈ ਸੀ ਵੀ ਇੱਕ ਲੇਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ ਤਲਾਹ ਮਿਲਣ ਸਰ ਤੁਰੰਤ ਮੌਕੇ 'ਤੇ ਆਏ ਹਾਂ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਕਿ ਆ ਕੇ ਮਰਡਰ ਹੋਇਆ ਹੋਇਆ ਅਤੇ ਇਹਦੀ ਵਾਰਸ ਦੇ ਜਿਹੜੇ ਹੈਗੇ ਨੇ ਪੇਕੇ ਉੱਥੇ ਦਾ ਭਰਾ ਆ ਰਿਹਾ ਉਹਦੇ ਆਉਣ 'ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਬਣਦੀ ਕਾਰਵਾਈ ਕਰ